ਗੁੱਡ ਮਾਰਨਿੰਗ ਹੈ ਸਾਰੇ ਨੂੰ ਉਮੀਦ ਹੈ ਨੇ ਸਾਰੇ ਸਵਸਥ ਦਰਸਤ ਹੋਣਗੇ ਆਪਣੇ ਆਪਣੇ ਘਰ ਜੇ ਅੱਜ ਦੀ ਸ਼ੁਰੂਆਤ ਹੋ ਰਹੀ ਥੋੜੀ ਡੋਗਰੀ ਤੇ ਥੋੜੀ ਪੰਜਾਬੀ ਮਿਕਸ ਵਲੌਗ ਦੇ ਨਾਲ ਕਿਉਂਕਿ ਮੇਰੇ ਜਿਹੜਾ ਮਾਈਕ ਹੈ ਉਹ ਤਾਂ ਚੱਲਿਆ ਨਹੀਂ ਆ ਹੁਣ ਮੈਂ ਸੋਚਣਾ ਜਿਹੜੀ ਆਵਾਜ਼ ਆ ਉਸੀ ਤੇ ਹੁਣ ਕੁਛ ਨਾ ਕੁਛ ਕਰੀਏ ਤਾਂ ਭਾਈ ਪਾਣਾ ਤੇ ਆਇਆ ਵਲੌਗ ਤੇ ਇਸ ਕਰੀ ਹੁਣ ਮੈਂ ਸੋਚਿਆ ਹੁਣ ਜਿੰਨੇ ਵਲੌਗ ਆਣਗੇ ਉਹ ਸਾਰੇ ਆਣਗੇ ਡੋਗਰੀ ਦੇ ਵਿੱਚ ਹੀ ਡੋਗਰੀ ਪ੍ਰਮੋਟ ਕਰਦੇ ਕਰਦੇ ਮੈਂ ਸੋਚਣਾ ਕਿ ਕਿਵਰ ਅਸੀਂ ਪ੍ਰਮੋਟ ਹੋਈਏ ਚ ਤੇ ਅਜਸਤ ਚੱਲੇ ਆ ਬੋਵੇਲੀ ਮਾਤਾ ਜੀ ਦੇ ਦਰਸ਼ਨ ਕਰਨ ਲਈ ਹੁੰਦੇ ਦਰਬਾਰ ਚ ਤੇ ਫਟਾਫਟ ਇਸ ਲਈ ਜਿਹੜਾ ਟਾਈਮ ਹੋਇਆ ਹੋਇਆ 6 ਵਜੇ ਆ ਨ ਸਵੇਰੇ ਦੇ ਤੇ ਉੰਭਾਰੇ ਕਰਤੇ ਨਿਰਬੋ ਜ਼ਿਆਦਾ ਹੈ ਤੇ ਇਸੇ ਕਰਕੇ ਆਪਾਂ ਥੋੜੀ ਨਿਕਲੀਏ ਕਿਉਂਕਿ ਗੁਰੇ ਬਾਦ ਸਾਨੂੰ ਦਫ਼ਤਰ ਵੀ ਜਾਣਾ ਤੇ ਦਫ਼ਤਰ ਕਿਤੇ ਲੇਟ ਨਾ ਹੋ ਜਾਈਏ ਉਸ ਕਰਕੇ ਆਪਾਂ ਜਲਦੀ ਜਲਦੀ ਨਿਕਲਨੇ ਆਂ ਫਟਾਫਟ ਧੁੱਪਨੇ ਆ ਕਿ ਆਪਣਾ ਮੋਟਰਸਾਈਕਲ ਕਿੱ데 پارک ਹੋਇਆ ਪਿਆ ਕਿਉਂਕਿ ਨਨੇ ਨੇ ਰਸਤੇ ਵਿੱਚ ਅੱਖ ਲੱਬਾ ਦਾਨੀ ਹੈ ਤੇ ਇਸੇ ਕਰਕੇ ਦੇਖਿਏ ਹੈਲਮਟ ਹੈਲਮਟ ਦੇ ਵਿੱਚ ਮੈਂ ਮਾਈਕ ਵੀ ਲਾਇਦਾ ਸੀ ਲੇਕਿਨ ਉਹਦੇ ਚ ਕੀ ਹੈ ਆਡੀਓ ਕਲੀਅਰ ਨਹੀਂ ਆਈ ਤੇ ਉਸੇ ਕਰਕੇ ਮੈਨੂੰ ਇਹ ਨਵਾਂ ਆਈਡੀਆ ਆਇਆ ਕਿ ਕਿ ਕਿਉਂ ਨਾ ਥੋੜਾ ਡੋਗਰੀ ਚ ਵਲੌਗ ਕਰ ਲਈਂ ਡੋਗਰੀ ਤਾਂ ਪੂਰੀ ਆਂਦੀ ਨਹੀਂ ਤੇ ਪੰਜਾਬੀ ਮਿਕਸ ਕਰਕੇ ਤੇ ਤੁਹਾਡੇ ਲਈ ਵਲੌਗ ਸ਼ੂਟ ਕਰ ਰਹੇ ਆਂ ਤੇ ਦੇਖੋ ਜੀ ਮੈਂ ਇਹਰੇ ਚ ਪੂਰਾ ਟਾਈਮ ਹੀ ਤੁਹਾਨੂੰ ਦੱਸਿਆ ਹੈ 5:40 ਮਿੰਟ 'ਤੇ ਆਣ ਆਲੇ ਨੇ ਤੇ ਮੋਟਰਸਾਈਕਲ ਸਾਨੂੰ ਲੱਭੀ ਹੈ ਤੇ ਮੋਟਰਸਾਈਕਲ ਦੀ ਮਾਰੀਏ ਕਿੱਕ ਤੇ ਫਟਾਫਟ ਇਹਨੂੰ ਕਰੀਏ ਸਟਾਰਟ ਇਹਨੂੰ ਬਾਹਰ ਜਾ ਕੇ ਸਟਾਰਟ ਕਰਨਾ ਪੈਣਾ ਕਿਉਂਕਿ ਇਹ ਰੋਲਾ ਬਹੁਤ ਪਾਉਂਦਾ ਹੈ ਬੁਲਟ ਹੈਗਾ ਤੇ ਇਸੇ ਕਰਕੇ ਇਹਨੂੰ ਬਾਹਰ ਜਾ ਕੇ ਸਟਾਰਟ ਕਰਨੇ ਆਪਾਂ ਤਲੋ ਜੀ ਬੁਲਟ ਦੀ ਇੱਕ ਮਾਰੀ ਆ ਤਾਂ ਬੁਲਟ ਹੋ ਗਿਆ ਸਟਾਰਟ ਤੇ ਆਪਾਂ ਚੱਲੀਏ ਓਨ ਭਾਵੇ ਵਾਲੀ ਮਾਤਾ ਜੀ ਦੇ ਦਰਬਾਰ ਤੇ ਬੋਲੋ ਸੱਚੇ ਦਰਬਾਰ ਦੀ ਜੈ ਤੇ ਇੱਕ ਤੇ ਸਰੇ ਸਰੇ ਠੰਡ ਵੀ ਵੜੀ ਸੀ ਕਿਉਂਕਿ ਉਹਨ ਮੌਸਮ ਚੇਂਜ ਹੋ ਹੋਣ ਲੱਗਿਆ ਤੇ ਇਸੇ ਕਰਕੇ ਜੋ ਇਹ ਠੰਡ ਥੋੜੀ ਥੋੜੀ ਆਉਣ ਲੱਗੀ ਹੈ ਤੇ ਉਸੇ ਕਰਕੇ ਸਵੇਰੇ ਸਵੇਰੇ ਜੋ ਮੌਸਮ ਰਹਿੰਦਾ ਇਸ ਵੇਲੇ ਉਹ ਬਹੁਤ ਠੰਡਾ ਰਹਿੰਦਾ ਹੈ ਤੇ ਇਸੇ ਕਰਕੇ ਮੈਂ ਤਾਂ ਟੀ-ਸ਼ਰਟ ਪਾ ਕੇ ਨਿਕਲ ਗਿਆ ਲੇਕਿਨ ਮੈਨੂੰ ਨਹੀਂ ਪਤਾ ਸੀ ਕਿ ਇੰਨੀ ਠੰਡ ਹੋਣੀ ਬਾਅਦ ਕਿਉਂਕਿ ਮੈਂ ਬਹੁਤ देर बाद ਇਸ ਟਾਈਮ ਪਰ ਉઠਿਆ ਹੁਣ ਤਾਂ ਰੁਟੀਨ ਬਣਾਣੀ ਪੈਣੀ ਹੈ ਕਿਉਂਕਿ ਤੁਹਾਡੇ ਲਈ ਡੇਲੀ ਡੇਲੀ ਵਲੌਗਸ ਲਾਣੇ ਹਨ ਮੈਂ ਤੇ ਜਿਨਾ ਆਪਾਂ ਲਾਇਆ ਆਪਣੇ ਵਲੌਗ ਤੇ ਦਿਮਾਗ ਤੇ ਹੁਣ ਆਪਾਂ ਲਾਇਆ ਇਸ ਕੈਮਰੇ ਨੂੰ ਪਲੇਸ ਕਰਨ ਚ ਵੀ ਦਿਮਾਗ ਇਹਨੂੰ ਆਪਾਂ ਪਲੇਸ ਕਰ ਦਿੱਤਾ ਆਪਣੇ ਬੁਲਦ ਟੈਂਕੀ ਤੇ ਲੇਕਿਨ ਇਨੀ ਵਾਈਬ੍ਰੇਸ਼ਨ ਤੋਂ ਹੋਂਦ ਕਰਕੇ ਪਲੇਸ ਤੇ ਹੋ ਨਹੀਂ ਪਾਇਆ ਕਿਉਂਕਿ ਇਨੀ ਵਾਈਬ੍ਰੇਸ਼ਨ ਸੀਗੇ ਕੈਮਰੇ ਨੂੰ ਮਜਾ ਸੀ ਆ ਬਾਰ ਬਾਰ ਤੇ ਮੈਨੂੰ ਲੱਗਿਆ ਕਿ ਮਾਈ ਇਹਨੇ ਸਵੇਰੇ ਉੱਠਿਆ ਲੇਕਿਨ ਇਧਰ ਦੇਖਿਆ ਕਿ ਲੇਬਰ ਭਾਈ ਸਵੇਰੇ ਸਵੇਰੇ 5:30 ਵੇ ਉੱਠ ਕੇ ਕੰਮ ਤੇ ਜਾਦੀ ਸੀ ਤੇ ਇਹਨੂੰ ਦੇਖ ਕੇ ਆਈ ਮੋਟੀਵੇਸ਼ਨ ਤੇ ਆਪਾਂ ਨਿਕਲ ਗਏ ਫਿਰ ਫਟਾਫਟ ਲਈ ਬਾਵੇਲ ਮਾਤਾ ਜੀ ਦੇ ਦਰਬਾਰ ਲਈ ਸੋ ਸਾਰਿਆਂ ਨੂੰ ਮੁਬਾਰਕਾਂ ਕਿਉਂਕਿ ਸਾਡੇ ਘਰ ਲੈ ਪਾਸ ਖੁੱਲ ਚੁਕੀ ਹੈ ਜੈਨ ਬੇકરી ਤੇ ਭਾਈ ਜੋ ਜੋ ਇੱਥੇ ਗਿਆ ਉਹ ਵੀ ਕਮੈਂਟ ਸੈਕਸ਼ਨ 'ਚ ਦੱਸਿਓ ਕੈਸੀ ਆਂਦੀ ਬੇਕਰੀ ਐ ਐਸੇ ਸਵਾਦ ਹੀ ਲਾਣਾ ਸਾਡੀ ਕਿਹੜੀ ਆਪਣੀ ਬੇਕਰੀ ਐ ਸਾਨੂੰ ਸਵਾਦ ਨਾਲ ਮਤਲਬ ਹੈ ਕਿ ਸਵਾਦ ਅੱਛਾ ਹੋਵੇ ਭਾਈ ਅਸੂ ਵੀ ਜਾ ਕੇ ਤੁਸੀਂ ਸਾਰੇ ਪਲੀਜ਼ ਵਿਜ਼ਿਟ ਕਰੀਏ ਉਸ ਵੀ ਤੇ ਉਹਨ ਸਰਸਰੇਸੇ ਪੁੱਛ ਚੁੱਕੇ ਆ ਬਾਵੇ ਵਾਲੇ ਮਾਤਾ ਦੇ ਜਿਹੜਾ ਸਾਹਮਣੇ ਤੂੰ ਇੰਦਾ ਦਰਵਾਜ਼ਾ ਲੱਭਦਾ ਉਸ ਪੁੱਲ ਉੱਪਰ ਤੇ ਇਸ ਲਈ ਮਤਲਬ ਸੰਦੀਕਾ ਦੱਸਨੇ ਕੋਸ਼ਿਸ਼ ਕਰਾਂ ਇਸ ਲਈ ਕੱਖ ਨਹੀਂ ਲੱਭਦਾ ਹੈ ਦੇਖੇ ਤਵੀ ਹੋਰ ਹੈ ਜੀ ਇੰਨਾ ਪਾਣੀ ਤੇ ਨਹੀਂ ਹੈ ਲੇਕਿਨ ਸਾਹਮਣੇ ਜਿਹੜਾ ਦਰਵਾਜ਼ਾ ਜਿੱਥੇ ਉਸਨੇ ਲਾਈਟਾਂ ਲੱਭਾਈ ਹੋਣੀਆਂ ਉੱਥੇ ਉਹ ਦਰਵਾਜ਼ਾ ਹੈ ਮਾਤਾ ਦਾ ਤੇ ਇਸ ਲਈ ਤੇ ਕੱਖ ਲੱਭਦਾ ਨਹੀਂ ਹੈ ਤੇ ਇਤਨਾ ਫਟਾਫਟ ਨਿਕਲ ਚਾਹ ਚੱਲੀਏ ਦਰਵਾਜ਼ਾ ਵਾਲੇ ਪਾਸੇ ਕਿਉਂਕਿ ਸਮੀ ਲੱਗਿਆ ਕਿ ਸਰਸਰੇਸੇ ਇਧਰੋਂ ਥੋੜਾ ਲੱਭਕ ਵੀਊ ਲੱਭਕ ਲੈ ਵੀਊ ਤਾਂ ਲੱਭਿਆ ਕੱਖ ਨਹੀਂ ਹੈ ਤਾਂ ਹੁਣ ਫਟਾਫਟ ਦਰਵਾ ਤੇ ਹੈਲਮਟ ਪਾ ਕੇ ਮੈਂ ਕੈਮਰਾ ਕਰਕੇ ਗੱਲਾਂ ਤੇ ਬੜੀਆਂ ਕੀਤੀਆਂ ਲੇਕਿਨ ਇਹਦੇ ਚਵਾਇ ਕੱਖਾ ਹੀ ਨਹੀਂ ਹੈ ਕਿਉਂਕਿ ਇਹ ਜਿਹੜਾ ਮਾਈਕ ਹੈ ਉਹ ਜਿਹੜਾ ਮਰੀ ਆਵਾਜ਼ ਹੈ ਉਹ ਛੜੀ ਫਟੀ ਦੀ ਆਈ ਹੈ ਤੇ ਹੋਰ ਇਹ ਚ ਕਈ ਸੁਨੋਚਨਾ ਤੁਹਾਨੂੰ ਵੀ ਤੇ ਮੈਂ ਵੀ ਕੇ ਬੋਲਾ ਤੇ ਇਸੇ ਕਰਕੇ ਮੀ ਨੂੰ ਨਵਾਂ ਆਈਡੀਆ ਆਇਆ ਤੇ ਚੰਗੀ ਗੱਲ ਹੈ ਹੁਣ ਤੁਹਾਡੇ ਕਨੇ ਜੇ ਕੀ ਗੱਲ ਹੈ ਇਸ ਲੈਂਗੁਏਜ ਕਰਾਣਾ ਹੁਣ ਮੀ ਨਹੀਂ ਸਮਝ ਆ ਰਿਹਾ ਕਿ ਕਿੰਨੇ ਬੰਦੇ ਮੇਰੇ ਪਾਸ ਨਾ ਇਹ ਕਿੰਨੇ ਬੰਦੇ ਮੀ ਅਪਰੀਸ਼ੀਏਟ ਕਰਨਾ ਚਾਹੋ ਦਿਖਿਆ ਜਾ ਬਾਰ ਦੀ ਬਾਤ ਤੋਂ ਪੁੱਛੂਗਾ ਬਾਗੇਬਾਉ ਦੇ ਕੋਲ ਤੇ ਇਹ ਜਿਹੜਾ ਮੇਰੇ ਲੈਫਟ ਸਾਈਡ ਉਪਰ ਇੱਕ ਦੂਸਰਾ ਰਸਤਾ ਦਿਖਾ ਦੇਉ ਇਹ ਬਾਗੇਬਾਉ ਦਾ ਰਸਤਾ ਹੈ ਇਹ ਰਸਤਾ ਜਾਂਦਾ ਬਾਗੇਬਾਉਗੀ ਤੇ ਜਿਹੜਾ ਇੱਥੇ ਹਸ ਚਲੇ ਆਉਣ ਸਾਹਮਣੇ ਇਹ ਜਾਂਦਾ ਦਰਬਾਰ ਕੀ ਰਸਤਾ ਹਾਂਜੀ ਆ ਸਪੁੱਟ ਚੁਕੇ ਆ ਦਰਬਾਰ ਤੇ ਇਧਰ ਫਟਾਫਟ ਪਾਰਕਿੰਗ ਚਲਾਣੇ ਆਪਣਾ ਬੋਲਟ پارک ਕਰਕੇ ਤੇ ਫਟਾਫਟ ਚੱਲਨੇ ਆ ਦਰਵਾਜ਼ੇ ਤੇ ਦਰਵਾਜ਼ਾ ਜਾਣ ਲਈ ਤੁਸੇ ਜਾਣਾ ਪਣਾ ਥੋੜਾ ਪੈਦਲ ਤੇ ਪਲੀਜ਼ ਆਪਣੇ ਪੈਰਿੰਗ ਥੋੜਾ ਕਸ਼ਟ ਦਿਈਏ ਤੇ ਪੈਦਲ ਚਲੇ ਤੇ ਕਿਉਂਕਿ ਲੋਕ ਬੜੇ ਸ਼ਾਰਟਕਟ ਅਪਣਾਉਂਦੇ ਨੇ ਕਿ ਭਾਈ ਦੇਖਾ ਨਿਕਾ ਗੇਟ ਹੈ ਉਧਰੋਂ ਅੰਦਰ ਚੱਲ ਜਾਣੇ ਲਈ ਕੀ ਫਾਇਦਾ ਕੀ ਹੈ ਯਾ ਥੋੜਾ ਘੁੰਮ ਫਿਰ ਕੇ ਜਾਓ ਥੋੜਾ ਬਾਜ਼ਾਰ ਦੇਖੋ ਇਸ ਲੇਟ ਟਾਈਮ ਹੋਇਆ ਪੂਰੇ 6 ਵਜੇ ਨੇ ਤੇ ਮੀ ਪੂਰੇ 20 ਮਿੰਟ ਲੱਗੇ ਨੇ ਆਪਣੇ ਘਰੋਂ ਲੈ ਕੇ ਤੇ ਬਾਵੇ ਤੱਕ ਆਣ ਲਈ ਤੇ ਲਾਓ ਜੀ ਪੂਰੇ 6 ਵੇ ਪੁਰਾਣੇ ਰਾਤ ਕੱਖ ਲਬਤ ਆ ਗਏ ਤੇ ਇੱਕ ਬਾਜ਼ਾਰ ਹੈ ਉਹ ਪੂਰਾ ਬੰਦ ਹੈ ਤੇ ਆਪਾਂ ਚਲਾਣੇ ਉਹ ਦੇਖ ਕੈਮਰਾ ਤੇ ਇੱਥੇ ਫੜਿਆ ਲੇਕਿਨ ਲਬਤ ਕੱਖ ਨਹੀਂ ਹੈ ਇੱਥੇ ਆਈ ਹੈ ਥੋੜੀ ਰੋਸ਼ਨੀ ਤੇ ਮੈਂ ਸੋਚਿਆ ਥੋੜੀ ਆਪਣੀ ਸ਼ਕਲ ਵੀ ਦੱਸੀ ਉਣੇ ਆ ਇਹ ਮੈਂ ਆਈ ਆ ਬਲੌਗ ਕਰਨ ਆ ਮਤੂੰ ਸੋਚੋ ਕਿ ਬਾਈ ਕੁਛ ਇਹ ਵੀ ਵੀਡੀਓ ਜੋ ਕਲਿੱਪ ਕੱਢੀ ਤੇ ਆਪਣੀ ਵੀਡੀਓ ਪਾਈ ਠਾ ਲੇਕਿਨ ਨਹੀਂ ਜੀ ਲਾਓ ਜੀ ਥੋੜੀ ਰੋਸ਼ਨੀ ਆਈ ਹੈ ਤੇ ਇੱਥੇ ਥੋੜੀ ਥੋੜੀ ਦੁਕਾਨਾਂ ਖੁੱਲਣ ਲੱਗੀ ਪਈ ਹੈ ਤੱਲਾਓ ਜੀ ਆਪ ਆਪਾ ਛਾਪ ਸ਼ੂਤ ਲਈਏ ਤੇ ਹੁਣ ਚਲੇ ਆਂ ਦਰਵਾਰ ਲਈ ਦਰਵਾਜ਼ੇ ਮੱਥਾ ਟੇਕਣ ਲਈ ਤੇ ਲੇਕਿਨ ਇੱਧਰ ਦਰਵਾਜ਼ੇ ਐਂਟਰ ਕਰਦੇ ਦੇਖੋ ਮੇਰੇ ਕਨੇ ਕੀ ਹੋਇਆ ਤੇ ਇਧਰੋਂ ਇੱਕ ਮੰਦਰ ਤੋਂ ਉਹਨੇ ਸਾਰਾ ਲੈ ਲਿਆ ਪ੍ਰਸ਼ਾਦ ਤੇ ਮੈਂ ਨਿਕਲ ਪਿਆ ਬਾਹਰ ਚ ਥੋਈਏ ਕਿਉਂਕਿ ਤੋਂ ਦਵਾਰੇ ਪ੍ਰਸ਼ਾਦ ਲਈਏ ਹੁਣ ਚਲੇ ਆਂ ਮੱਥਾ ਟੇਕਣ ਲਈ ਇਸ ਵਾਰੀ ਮੈਂ ਪ੍ਰਸ਼ਾਦ ਜਿਹੜਾ ਉਹ ਆਪਣੀ ਜੇਬ ਚ ਪਾਇਆ ਕਿ ਜੇਬੇ ਇਨੀ ਜਲਦੀ ਨਿਕਲ ਨਾ ਨਹੀਂ ਆ ਪ੍ਰਸ਼ਾਦ ਤੇ ਸੇ ਕਰਕੇ ਉਹ ਇਹ ਦੇਖਿਏ ਜਿਹੜਾ ਦਰਵਾਰ ਹੈ ਇਸ ਲਈ ਕੰਸਟਰਕਸ਼ਨ ਲੱਗੀ ਹੋਈ ਹੈ ਲੇਕਿਨ ਸਾਫ ਸਵਾਈ ਇਸ ਲਈ ਬੜੀ ਹੈ ਤੇ ਜਿਹੜਾ ਦਰਵਾਰ ਹੈ ਬੜਾ ਸੋਨਾ ਸਜਿਆ ਹੈ ਜਮਲੀ ਜਿਹੜੀ ਕੰਸਟਰਕਸ਼ਨ ਕਰਾਏ ਹੋ ਰਹੇ ਹੋਏ ਨੇ ਬੜਾ ਸੋਨਾ ਇਸਨ ਦਰਵਾਰ ਲੱਗਾਤਾ ਤੇ ਬਾਅਦ ਚੈਕਿੰਗ ਚੁਕਿੰਗ ਕਰਾਈਏ ਤੇ ਆ ਸਪੂਜੀ ਅੰਦਰ ਦਰਵਾਰ ਦੇ ਅੰਦਰ ਥੋੜੀ ਰਿਕਵੈਸਟ ਕੀਤੀ ਕਿ ਵੀ ਕੈਮਰਾ ਲੈਣ ਦਿਓ ਬਾਈ ਤੋਨੇ ਥੋੜਾ ਸਰੇ ਸਰਾ ਲੋਕਲ ਬੰਦਾ ਦਿਖਿਆ ਤੇ ਆਂ ਤੇ ਦਿੱਤਾ ਹੈ ਮੇਰੇ ਗਨੇ ਬੋਲੋ ਸਾਰੇ ਹਣ जयकारा बावे वाली माता दा बोल सच्चे दरबार की जय ਤੇ ਜਿਨੇ ਇਹਨੇ ਦਰਸ਼ਨ ਕਰਨਾ ਹੈ ਕਰ ਲਓ ਕਿਉਂਕਿ ਮੈਂ ਵੀਡੀਓ ਕਰੀ ਹੋਈ ਥੋੜੀ ਸਲੋ ਤੇ ਆਪਣੇ ਆਪਣੇ ਮੰਤਾ ਮੰਗ ਲਓ ਤੇ ਮਾਤਾ ਕੋਲ ਮੱਥਾ ਟੇਕੀ ਓੜੋ ਤੇ ਦਰਸ਼ਨ ਕਰੀਏ ਥੋੜੀ ਯਾਰ ਬਾਹਰ ਬੈਠੀਏ ਕਿਉਂਕਿ ਬਾਹਰ ਬੈਠੀਏ ਇੱਕ ਤਾਂ ਸ਼ਾਂਤੀ ਵੜੀ ਮਿਲਦੀ ਹੈ ਥੋੜੀ ਯਾਰ ਬਾਹਰ ਬੈਠੀਏ ਥੋੜਾ ਆਪਣਾ ਦਿਮਾਗ ਸ਼ਾਂਤ ਕਰੀਏ ਤੇ ਆਪਾਂ ਨਿਕਲੀਏ ਆਉਣ ਘਰੇ ਪਾਸੇ ਦੁਆਰਾ ਘਰੇ ਚੱਲਨੇ ਤੇ ਉੱਤੇ ਰੋਸ਼ਨੀ ਬੜੀ ਚੰਗੀ ਹੋਈ ਹੈ ਇਹ ਦੇਖਿਏ ਕਿੰਨਾ ਮਤਲਬ ਕਿ ਕੰਸਟਰਕਸ਼ਨ ਤੋਂ ਸਨ ਲਬਾਦੀ ਹੋਣੀ ਹੈ ਕਿੰਨੀ ਅੱਛੀ ਕੰਸਟਰਕਸ਼ਨ ਲੱਗੀ ਹੈ ਉਹ ਸਾਹਮਣੇ ਜਿਹੜਾ ਉਹ ਪਾਰਕ ਬਣਿਆ ਨਵਾਂ ਤੇ ਉੱਥੇ ਲੋਕੀ ਬੜੇ ਐਕਸਰਸਾਈਜ਼ ਵੈਰਾ ਕਰ ਰਹੇ ਨੇ ਤੇ ਇਹ ਦੇਖਿਏ ਕਿੰਨੀ ਕੰਸਟਰਕਸ਼ਨ ਲੱਗੀ ਹੋਈ ਹੈ ਤੇ ਕੁਝ ਬਣਿਆ ਨਹੀਂ ਹੈ ਲੇਕਿਨ ਥੋੜਾ ਟਾਈਮ ਬਾਅਦ ਦੇਖਿਓ ਕਿੰਨਾ ਅੱਛਾ ਇਹ ਦਰਵਾਜ਼ਾ ਸਜਣਾ ਹੈ ਮਾਦਾ ਦਾ ਤੇ ਫਟਾਫਟ ਆਪਣਾ ਬੁਲਟ ਸ਼ੁਰੂ ਕਰੀਏ ਤੇ ਆਪਾਂ ਨਿਕਲੀਏ ਘਰੇ ਕਿਉਂਕਿ ਕਿਤੇ ਲੇਟ ਬੜਾ ਹੋਈ ਹੈ ਕਿਉਂਕਿ ਅੱਜ ਤੇ ਦਫਤਰ ਜਾਣਾ ਤੇ ਕੋਈ ਲੇਟਰ ਹੋਈਏ ਪੁੱਛੇ ਭਰਾਵਾ ਨਿੱਖਰਵਾੜੀ ਪਉਂਦੀ ਹੈ ਤੇ ਇਸ ਲਈ ਫਟਾਫਟ ਆਪਣਾ ਬੁੱਲ ਸ਼ੁਰੂ ਕਰੀਆ ਉਹ ਨਿਕਲੀ ਘਰੇ ਤੇ ਸਵੇਰੇ ਜਦ ਤੁਸੀਂ ਰਸਤਾ ਦੱਸਿਆ ਹਾਂ ਮੈਂ ਬਾਗਬੋ ਦਾ ਉਸਲੇ ਬੜਾ ਹਨੇਰਾ ਉਸੇ ਲੱਭਿਆ ਨਹੀਂ ਹੋਣਾ ਤੇ ਇਸ ਲਈ ਦੇਖ ਲਓ ਥੋੜੀ ਲੋ ਚੜੀ ਹੋਈ ਹੈ ਤੇ ਉਹ ਸਾਹਮਣੇ ਹੈ ਬਾਗਬੋ ਦਾ ਰਸਤਾ ਤੇ ਇਧਰ ਤੁਸੀਂ ਕਿਸੇ ਨੇ ਲਈ ਚੱਲ ਕੇ ਇਧਰ ਦਾ ਟੂਰ ਤੇ ਕੇ ਤੁਸੀਂ ਕਿਸੇ ਦਿਨ ਤੇ ਇਧਰ ਮੈਂ ਰੁਕ ਗਿਆ ਤੁਸੀਂ ਇੱਕ ਸਪੂਰਾ ਆਪਣੇ ਜੰਮੂ ਸਿਟੀ ਦਾ ਟੂਰ ਦੇਣ ਲਈ ਦਰਸ਼ਨ ਦੇਣ ਲਈ ਉਹ ਦੇਖੀਏ ਇਹ ਸਾਹਮਣੇ ਤਵੀ ਤਵੀ ਦੇ ਉਸ ਪਰ ਪੂਰੀ ਤੁਸੀਂ ਸਿਟੀ ਲਬਣੀ ਹੈ ਆਪਣੀ ਜੰਮੂ ਦੀ ਤੇ ਉਹਨ ਪੁੱਜੀ ਆ ਪੁੱਲ ਉੱਪਰ ਤੇ ਜਿੱਧਰੋਂ ਮੈਂ ਤੁਸੇ ਸਵੇਰੇ ਵਿਊ ਦੱਸਦਾ ਹਾਂ ਬਾਵੇ ਵਾਲੇ ਮਾਤਾ ਜੀ ਦੇ ਦਰਬਾਰ ਦਾ ਤੇ ਇਧਰੋਂ ਉਹਨ ਦਿਖਾਉਂ ਤੁਸੇ ਲਬਣਾ ਉਹ ਸਾਹਮਣੇ ਉਹ ਸਾਹਮਣੇ ਦਰਬਾਰ ਲੱਗਿਆ ਉਸ ਤੋਂ ਸੈਂਟਰ ਵੱਰ ਦੇ ਦਰਸ਼ਨ ਹੋਈਏ ਹੁਣੇ ਤੇ ਉਹ ਸਾਹਮਣੇ ਆਈ ਤਵੀ ਰਿਵਰ ਇਹ ਸਾਹਮਣੇ ਬਹੁਤ ਜ਼ਿਆਦਾ ਸਾਡੇ ਘਰ ਦੇ ਪਾਸੇ ਤੇ ਇਧਰ ਖੜੋਤੇ ਐਸਾ ਤੇ ਕੈਮਰਾ ਇੱਕਾ ਜ਼ੂਮ ਹੈ ਔਰ ਘਟ ਉਹਦਾ ਨਹੀਂ ਹੈ ਔਰ ਵੱਡਾ ਦਾ ਤੇ ਇਸੇ ਘਟ ਕਰਨੇ ਕੋਸ਼ਿਸ਼ ਕਰਨ ਤੇ ਅੰਕਲ ਜਿਹੜਾ ਆ ਰਿਹਾ ਵੀ ਘੁਰਾਦਾ ਇਸੇ ਲੱਗਾ ਪਨੀ ਕੇ ਕਰਾਏ ਕਿ ਫੜਾਇਆ ਕੇ ਇਹਨੇ ਤਕੇਲੇ ਮੈਂ ਫੜਲੇ ਰਸਤੇ ਤੂੰ ਤੇ ਹੋਂ ਕੇਲੇ ਲਈ ਆ ਹੋਂ ਚਲੇ ਆ ਘਰ ਤੇ ਹੋਂ ਅਗੇ ਜੀ ਇਹ ਦੇਖੀ ਸਾਡਾ ਜੰਮੂ ਦਾ ਫੇਮਸ ਕੇਸੀ ਥੀਏਟਰ ਇਹ ਸਾਹਮਣੇ ਤੁਸੀਂ ਲੱਭਾ ਦਾ ਹੋਣਾ ਕੇਸੀ ਥੀਏਟਰ ਤੇ ਈਸੀ ਦਿਖਦੇ-ਦਿਖਦੇ ਹੁਣ ਚੱਲੇ ਆ ਘਰ ਤੇ ਉਹ ਇਹ ਰੋਡ ਸਿੱਧਾ ਚੱਲੇ ਆ ਜੀਵਲ ਬੱਸ ਸਟੈਂਡ ਤੇ ਇਧਰੋਂ ਸਾਡਾ ਹੁੰਦਾ ਘਰ ਤੇ ਹੁਣ ਘਰ ਪੁੱਜੀਏ ਕਨੇ ਵਲੌਗ ਦਾ ਐਂਡ ਤੇ ਤੁਸੀਂ ਮਿਲਨੇ ਹੁਣ ਅਗਲੇ ਕਿਸੇ ਨਵੇਂ ਵਲੌਗ 'ਚ ਤੇ ਮੇਰੀ ਹੈਲਮਟ ਚੰਗੀ ਲੱਗਾ ਦੀ ਜਾਂ ਨਹੀਂ ਲੱਗੇ ਤੋ ਵੀ ਦੱਸਿਓ ਮੀਂਹ ਤਾਂ ਲੱਗਾ ਤੇ ਬੜੀ ਸ਼ੈ ਲੱਗਾ ਦੀ ਹੈ ਅਗਰ ਨਹੀਂ ਲੱਗਾ ਦੀ ਹੋਵੇ ਚੇਂਜ ਕਰਿਓੜ ਕੇ ਚਲੋ ਉਲਰ ਮਿਲਨੇ ਹੁਣ ਦੋਵੇਂ ਵਲੌਗ 'ਚ ਚਲੋ ਬਾਏ ਬਾਏ